ਬਹਿਰ ਜੀ ਦਾ ਖਾਲਸਾ, ਬਹਿਰ ਜੀ ਕੀ ਫਤਿਹ ਜੀ। ਇਹ ਟਰੈਕਟਰ ਆਪਾਂ ਕਰਿਆ ਤਿਆਰ, ਪਰਲੇ ਪਾਸੇ ਰੋੜੀ ਜ਼ਿਆਦਾ ਸੀ, ਉਹ ਹੁਣ ਇਹਦਾ ਮਿੱਥ ਕੇ ਤੋੜਾਂਗੇ। ਫੇਰ ਕਰਦੇ ਹਾਂ ਐਕਸਰਸਾਈਜ, go।
ਗੋ ਆਇਆ ਨਾ ਪੈਰ ਤੇ ਲੱਗੇ ਸੱਟ ਗਿੱਟੇ ਫ੍ਰੈਕਚਰ ਫਿਰ ਕਹੀ ਕਿੱਥੇ ਚਲੀ ਗਈ ਉਹ ਹਜੇ ਵੀ ਜਿਹੜੀ ਆ ਖਾਲੀ ਹੈ ਇਹਦੀ ਇਹਦੇ ਵਿੱਚ ਜਦੋਂ ਪੈਰ ਪੈਂਦਾ ਘੁੰਮਦਾ ਪੈਰ ਖੜੋ ਭਾਈ ਸਾਹਿਬ ਰੈਡੀ ਗੋ ਕੱਟ ਗਿਆ ਪੈਰ ਸਾਹਿਬ ਟਕਾ ਕੇ ਭੱਜਣਾ ਨੀ ਤੂੰ ਤੂੰ ਦਸ ਕਿਲਾ ਕਰਾ ਨੀ ਨਵੇਂ ਆਹੋ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਉਹ ਕੱਟ ਲਾ ਲਓ
ਹੋਰ ਚੀਜ਼ ਕਰ ਲਓ, ਸਮਝ ਗਿਆ? ਰੈਡੀ ਦੱਸ, ਬਹੁਤ ਵਧੀਆ, ਛਾਗੇ ਛਾਗੇ ਤੁਰ ਕੇ ਮਜ਼ੇ ਨਾਲ, ਹੌਲੀ ਤੁਰਨਾ ਹੌਲੀ, ਉੱਥੇ ਤੱਕ ਸਾਹ ਆ ਜਾਵੇ ਤੁਹਾਨੂੰ, ਇੰਨੇ ਇੰਨੇ ਹਿਸਾਬ ਨਾਲ ਤੁਰਨਾ ਵੀ ਇੰਨੀ ਹੌਲੀ ਤੁਰਨਾ ਵੀ ਸਾਹ ਆ ਜਾਵੇ ਉੱਥੇ ਤੱਕ, ਤੁਹਾਨੂੰ ਜਾਂਦਿਆਂ ਨੂੰ ਖਾਣਾ ਨਾ ਪਵੇ। ਅਰੇ ਮੈਂ ਉੱਥੋਂ ਹੁਣ ਉਨਾ ਕੁ ਹਿਸਾਬ ਨਾਲ ਤੁਰ ਕੇ ਆਉਣਾ ਕਿ ਇੱਥੇ ਖਾਣਾ ਨਾ ਪਵੇ, ਇੱਥੇ ਹੁਣ ਸਾਹ ਸਟਾਰਟ ਲੈ ਲਈਏ। ਟਕਾ ਟਕਾ ਕੇ ਪੁੱਤ ਬਣ ਕੇ ਮਜ਼ੇ ਨਾਲ, ਠੀਕ ਆ। ਮੈਨੂੰ ਤਾਂ ਪਹਿਲੇ ਦਿਨ ਤੋਂ ਮੈਂ ਤਾਂ ਹੀ ਰਾਣੇ ਚਲਾ ਦਸ ਮਿੰਟ ਨਾ ਜਾ ਬੋਲੇ ਗੱਦ ਮੇਰੇ ਕਹਿੰਦੇ ਨਾ ਪੈਰ ਬੈਠ ਜਾਂਦਾ ਵਿਆਹ ਦੇ, ਹੈ ਨਾ ਉਹ ਗੱਲ ਕੀ, ਪੈਰ ਪੂਰੇ ਟੁੱਟੇ ਹੋਏ ਗਿੱਟੇ ਗੁੱਟੇ, ਪੈਰ ਮਾੜਾ ਮੋਟਾ ਵੱਧ ਘੱਟ ਭਾਰ ਆ ਗਿਆ ਘੁੰਮ ਜੂ, ਹੈ ਨਾ ਇਹਦੇ ਵਿੱਚ ਫਿੱਟ ਪੈਂਦੇ ਬੂਟ 'ਚ ਪਾਉਂਦੇ ਆਪਾਂ, ਫਿਰ ਇੱਥੇ ਮੁੜਨ ਦਾ ਘੱਟ ਚਾਂਸ ਨੇ। ਅਰਦੀ ਜਗ੍ਹਾ ਵੀ ਲਾ ਕੇ ਮੂੰਹ ਦੂਏ ਪਾਸੇ ਕਰਕੇ ਰੈਡੀ ਵੀ ਹੋਰ ਗੋ, ਬਹੁਤ ਵਧੀਆ ਬੱਚਾ ਬਾਲਟੀ, ਤੁਸੀਂ ਦਸ ਦਸ ਹੀ ਲਾ ਕਰੋ, ਬੋਲੂ ਕਦੋਂ ਬੋਲੂ ਨਹੀਂ ਬੋਲਦਾ। ਨਾਲੇ ਕੋਈ ਖਾਈਦਾ ਨੀ ਦੁਪਹਿਰੇ, ਦੁਪਹਿਰੇ ਘੜੁੱਕ ਘੜੁੱਕ ਢਿੱਡ ਪਤਾ ਨੀ ਕੀ ਕਰੀ ਜਾਂਦਾ। ਉਹ ਮੁੰਡਾ ਕਿਹੜਾ ਸੀ ਆਪਣਾ ਸਪੌਂਸਰ ਦਾ ਨਾਂ ਲਿਖੇ ਲੈ ਕੇ, ਆਏ ਨੀ ਖੜਨਾ ਚੜ੍ਹਦੀ ਕਲਾ ਚ, ਹੈ ਕੋਈ ਆਏ ਇੰਨੀ ਤਾਂ ਹੋਈ ਵੀ ਨਹੀਂ ਮਿਹਨਤ, ਠੀਕ ਆ। ਓਏ ਡੇਢ ਲੱਤ ਖੜਾ ਕੰਨ ਤੇ ਭੈਣੀ ਆ ਮੁੜ ਕੇ,
ਵੀ ਚਾਹੇ ਪੈਂਤ ਪੈ ਜਾ ਚਾਹੇ ਸਿਰਾਣੇ ਹਾਂਜੀ ਹੋਰ ਇੱਕ ਇਨਫੋਰਮੇਸ਼ਨ ਦੇਣੀ ਆ ਲਾਰਡ ਜੌਹਲ ਸਾਡਾ ਭਰਾ ਆਸਟ੍ਰੇਲੀਆ ਤੋਂ ਫੁੱਲ ਸਪੋਰਟ ਆ ਸਾਡੀ ਅਕੈਡਮੀ ਨੂੰ ਬਾਈ ਦੀ ਅਤੇ ਮਾਰਾ ਸੁੱਖ ਰੱਖੇ ਪਲੇਅਰ ਵੀ ਗਾਹਾਂ ਨੂੰ ਆਪਣੇ ਖੇਡਣ ਦੇ ਵਿੱਚ ਟੀਮ 'ਚ ਉੱਥੇ ਵੀ ਆਸਟ੍ਰੇਲੀਆ ਵੀ ਅਤੇ ਇੱਥੇ ਵੀ ਅਤੇ ਵਿੱਕਾ ਮੁੰਡਾ ਪੁਰਤਗਾਲ ਤੋਂ ਉਹਦੇ ਬਾਈ ਨੇ 1,11,000 ਰੁਪਈਆ ਭੇਜਿਆ ਸਨਮਾਨਤ ਲਈ ਅਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਅਤੇ ਨਾਲ ਫਤਿਹ ਦਾ ਵੀ ਮਾਣ ਤਾਣ ਕੀਤਾ ਅਤੇ ਬਹੁਤ ਬਹੁਤ ਧੰਨਵਾਦ ਬਾਈ ਦਾ ਮਹਾਰਾਜ ਚੜ੍ਹਦੀਆਂ ਕਰਾਂ ਰੱਖੇ ਵਿੱਕਾ ਮੁੰਡਾ ਪੁਰਤਗਾਲ ਤੋਂ ਠੀਕ ਆ ਜੀ ਅਤੇ ਲਾਟ ਜੌਹਲ ਅਤੇ ਇਹਨਾਂ ਨੂੰ ਵੀ ਇਹੀ ਕਿਹਾ ਵੀ ਆਪਣੀ ਤਿਆਰੀ ਕਰੋ ਸਪੋਂਸਰ ਤਾਂ ਆਪਣੇ ਕੋਲ ਬੈਠੇ ਆ ਆਪਣੇ ਇਹੋ ਜਿਹੇ ਸਪੋਂਸਰ ਨੇ ਮਹਾਰਾਜ ਸੁੱਖ ਰੱਖੇ ਪਰ ਤੁਸੀਂ ਚੂਨੇ ਇੱਟ ਤੁਸੀਂ ਲਾਉਣੀ ਆ ਮੈਂ ਨਹੀਂ ਲਵਾਉਣੀ ਮੈਂ ਤਾਂ ਐਕਸਾਈਜ਼ ਕਰਾ ਸਕਦਾ ਉਹ ਤੋਂ ਠੀਕ ਆ ਹੁਣ ਤੁਸੀਂ ਸੁਬਾਹ ਕਰ ਦਿਓ ਸ਼ਾਮ ਨੂੰ ਕਰ ਦਿਓ ਹੁਣ ਜੇ ਆਹੀ 2 ਘੰਟੇ ਨਹੀਂ ਸੁਬਾਹ ਸ਼ਾਮ ਨੂੰ ਲਾਏ ਇਹਦੇ ਵਿੱਚ ਤੁਸੀਂ ਹੈਂ ਉਹੀ ਚੀਜ਼ਾਂ ਕਰੀ ਜਾਂਦੇ ਵਿੱਚ ਬਹਿ ਕੇ ਉਹ ਨਾ ਕਰਿਆ ਕਰੋ ਮਿਹਨਤ ਵਾਲੀ ਇਹੀ ਬੇਨਤੀ ਆ ਵੀ ਲਾਟ ਅਰਗੇ ਭਰਾ ਸਾਰਿਆਂ ਨੂੰ ਮਿਲਣ ਹੈਂ ਸਾਡੇ ਨਾਲ ਜੁੜਿਆ ਬਾਈ ਅਤੇ ਬਹੁਤ ਬਾਈ ਦਾ ਧੰਨਵਾਦ ਆ ਬਹੁਤ ਅਕੈਡਮੀ ਦਾ ਬਹੁਤ ਸਾਰਾ ਦਾਰੋਮਦਾਰ ਸਾਡੀ ਅਕੈਡਮੀ ਦਾ ਬਾਈ ਚਲਾ ਰਿਹਾ ਠੀਕ ਆ ਜੀ ਬਹੁਤ ਧੰਨਵਾਦ ਆ ਬਾਈ ਦਾ ਮਹਾਰਾਜ ਚੜ੍ਹਦੀਆਂ ਕਲਾ ਰੱਖੇ ਵਿੱਕਾ ਮੁੰਡਾ ਪੁਰਤਗਾਲ ਤੋਂ ਉਹਦੀ ਵੀ ਚੜ੍ਹਦੀ ਕਲਾ ਰੱਖੇ ਮਹਾਰਾਜ ਅਤੇ ਬਸ ਚੱਕਰ ਨਹੀਂ ਕੋਈ ਹੈਗੇ ਆਪਣੇ ਤਿਆਰ ਨੇ ਮੁੰਡੇ ਹੈ ਨਾ ਇਹਨਾਂ ਨੂੰ ਵੀ ਕਿਹਾ ਹੁਣ ਕਈ ਕਹਿੰਦੇ ਬਾਈ ਤਿਆਰ ਕੀ ਕਰਦੇ ਅਤੇ ਤੁਹਾਨੂੰ ਅੱਗੇ ਵੀ ਵਿੱਚ ਵੀਡੀਓ ਦੱਸਿਆ ਸੀ ਬਈ 3 ਮਹੀਨੇ ਪਹਿਲਾਂ ਅਸੀਂ ਇੱਥੇ ਟੂਰਨਾਮੈਂਟ ਕਰਾਇਆ ਸੀ 2 ਕੁ 3 ਰੁਪਓ 3 ਕੁ ਮਹੀਨੇ ਪਹਿਲਾਂ ਨਾ ਕਿਆ ਕਿਲੋ ਖੇਡੇ ਸੀ ਆਪਾਂ ਬੱਚਾ ਬਾਲਟੀ 45 ਕਿਲੋ 'ਚ ਇਹਨਾਂ ਨੇ ਮੁੰਡੇ ਕਰੇ ਸੀ ਬਾਹਲੇ ਵਧੀਆ ਸਿਰੇ ਦੇ ਹੈ ਨਾ ਚਲੋ ਹੁਣ ਤੁਹਾਨੂੰ ਪਤਾ ਹੀ ਆ ਪੈਸਿਆਂ ਵਾਲਾ ਕੰਮ ਚੱਲਦਾ ਜਵਾਕ ਵੀ ਪੈਸੇ ਤਾਂ ਲੈਣੇ ਹੀ ਲੈਣੇ ਜਿਹੜੇ ਵਧੀਆ ਖੇਡਦੇ ਆ ਅਤੇ ਉਹ ਭਰਾਵਾ ਇਹਨਾਂ ਤਾਂ 65 ਨਹੀਂ ਲਿਆ ਉਹਨਾਂ ਨੇ 65 ਲਏ ਸਾਰੇ ਜਿੱਤ ਕੇ ਫਸਟ ਆ ਗਏ ਚਲੋ 65 ਵਾਲੇ ਸਾਡੇ ਮੁੰਡੇ ਵਧੀਆ ਸੀ 65 ਵੀ ਫਸਟ ਆ ਗਈ 65 ਫਸਟ ਸੀ ਹਾਂਜੀ ਅਤੇ 45 ਉਹ ਵੀ ਫਸਟ 45 ਵੀ ਫਸਟ 55 ਵੀ ਫਸਟ 55 ਉਹ ਵੀ ਫਸਟ ਸੀ 55 ਹੀ ਫਸਟ ਸੀ 35 ਹਾਂ ਗੱਲ ਕੀ ਉਹ ਫਿਰ ਮੁੰਡਿਆਂ ਨਾਲ ਇਹਨਾਂ ਦਾ ਹੁਣ ਮੈਚ ਲੱਗਿਆ ਜਿਹੜੇ ਅਸੀਂ ਖਿਲਾਏ ਸੀ ਹੈ ਨਾ ਪਹਿਲੀ ਵੀਡੀਓ 'ਚ ਵੀ ਆਪਾਂ ਗੱਲ ਕਰਦੇ ਹਾਂ ਗੱਲ ਕੀ ਗੱਲ ਕਰਨੀ ਬਣਦੀ ਆ ਉਹ ਯਾਨੀ ਇਹਨੇ ਤਾਂ ਖੜ ਕੇ ਹੀ 45 ਵਾਲਿਆਂ ਨੇ ਕੋਈ 65 ਨਹੀਂ ਲਿਆ ਮਾੜਾ ਮੋਟਾ ਲਿਆ ਹੋਇਆ ਇੱਕ ਅੱਧੇ 65 ਉਹ ਮੁੰਡਿਆਂ ਨੇ ਲਏ ਸੀ ਉਹਨਾਂ ਨਾਲ ਹੀ ਮੈਚ ਆ ਗਿਆ ਇਹਨਾਂ ਦਾ ਆਪਾਂ 10 ਕੁ ਦਿਨ ਹੋ ਗਏ ਉਹਨਾਂ ਨੂੰ ਇਹ ਅੱਧੇ 65 ਤੇ ਹਰੇ ਨੇ ਪੂਰੇ ਜੱਫੇ ਲਾਏ ਵਧੀਆ ਗੋਡੀਆਂ ਪਾਈਆਂ ਆਪਣੇ ਮੁੰਡੇ ਨੇ ਯਾਨੀ ਰਿਜ਼ਲਟ ਤਾਂ ਨਿਕਲਦਾ ਪਰ ਹੁਣ ਜੇ ਬੰਦਾ ਕਹੇ ਵੀ 2-3 ਮਹੀਨੇ 4-5 ਮਹੀਨੇ ਲਾ ਕੇ ਉੱਪਰ ਵਾਲਾ ਨਾ ਘੱਟੋ ਘੱਟ 2 ਸਾਲ ਟੈਕ ਕੇ ਬਹਿ ਕੇ ਇਹ ਨਹੀਂ ਗੱਲ ਵੀ ਟੂਰਨਾਮੈਂਟ 'ਤੇ ਚਲੇਗਾ ਫਲਾਨਾ ਟੂਰਨਾਮੈਂਟ 'ਤੇ ਆਪਾਂ ਜਿੱਤਣ ਜਾਣਾ ਖੇਡਣ ਨਹੀਂ ਜਾਣਾ ਜਿੱਤਣ ਠੀਕ ਆ ਨਾ ਅਤੇ ਹੁਣ ਕਰਦੇ ਹਾਂ ਐਕਸਰਸਾਈਜ਼ ਸਟਾਰਟ ਅਤੇ ਵਿੱਚ ਤਾਂ ਕਰ ਲਈ ਇਹਨਾਂ ਦਾ ਕਰਾਉਂਦੇ ਹਾਂ ਬਸ ਆਹੀ ਇੱਕ ਜਿਹੜਾ ਮੇਨ ਕੋਈ ਬਾਹਲਾ ਵੱਡਾ ਲੰਬਾ ਚੌੜਾ ਕੰਮ ਨਹੀਂ ਹੈਗਾ ਮੇਨ ਲੋਅਰ ਪੋਰਸ਼ਨ ਆ ਠੀਕ ਆ ਲੋਅਰ ਪੋਰਸ਼ਨ ਹੀ ਆਪਾਂ ਕਰਾਉਂਦੇ ਹਾਂ ਰੈਡੀ 25 ਦਾ ਗੋ ਆ ਕੇ ਆਪਣੀ ਜਗ੍ਹਾ
ਨਵਿਆਂ ਨੂੰ ਯਾਰ ਹਟ ਜਿਆ ਕਰੋ, ਇਹਨੂੰ ਰੋਕ ਲਿਆ ਕਰੋ, ਤੁਸੀਂ ਆਪ ਇਹਨੂੰ ਰੋਕਦੇ ਪਰੇ ਜਵਾਕ ਬੈਠਾ ਇਹਨੂੰ ਦੱਸਦੇ ਯਾਰ, ਮੈਂ ਦੱਸਿਆ ਕਰਾਂ ਸਾਰਾ ਕੁਛ। ਉੱਧਰ ਟਾਇਰ ਪਾ ਲਾ ਯਾਰ, ਟਾਇਰ ਲਾ ਲਾ ਵੀਰੇ, ਟਾਇਰ ਲਾ ਲਾ ਜਾ ਕੇ ਉੱਧਰ। ਰੈਡੀ 25 ਪਤਾ ਕੀ ਆ, ਤੁਸੀਂ ਘੱਟੋ ਘੱਟ ਮਹੀਨੇ ਮਹੀਨਾ ਲੱਗਣਾ ਤੁਹਾਨੂੰ ਰਲ ਨੂੰ ਨਾਲ। ਨਾਲੇ ਏ ਬੀ ਟੀਮ ਕਰੋ ਯਾਰ, ਉਹੀ ਕਰ ਲਾਂਗੇ ਨਾ ਫਿਰ, ਉਹੀ ਗੱਲਾਂ, ਕੋਈ ਕਿੱਥੇ ਬੈਠਾ ਕੋਈ ਕਿੱਥੇ ਬੈਠਾ। ਏ ਬੀ ਟੀਮ ਕਰੋ ਯਾਰ, ਇੱਕ ਪਾਸੇ ਏ ਵਾਲੇ ਇੱਧਰ ਆਇਓ, ਬੀ ਵਾਲੇ ਉੱਧਰ ਚਲ ਜਾਓ, ਸਾਰੇ ਏ ਵਾਲੇ। ਫਿਰ ਫਤਿਹ ਦੀ ਉੱਥੇ ਜਾ ਕੇ ਪੂਰੀ ਹੋਈਆਂ, ਤੁਹਾਡੀਆਂ ਇੱਥੇ ਪੂਰੀਆਂ ਹੋ ਗਈਆਂ, ਆਪੇ ਇੰਨਾ ਫਰਕ, ਇੰਨਾ ਤਾਂ ਪੈ ਨਹੀਂ ਸਕਦਾ ਫਰਕ, ਬਈ ਇੱਕ ਬੰਦੇ ਦੇ ਉੱਧਰ ਪੂਰੇ ਹੋਏ, ਇੱਕ ਦੇ ਇੱਧਰ ਪੂਰੇ ਹੋ ਗਏ। ਬਾਬਾ ਇੱਥੇ ਕੀ ਹੋ ਜਾਓ, ਪਤਾ ਕੀ ਇੱਧਰ ਪੋਲਾ ਵਾ, ਤੁਸੀਂ ਉੱਧਰਲੇ ਪਰਲੇ 'ਚ ਹੋ ਜਾਓ, ਪਰਲੇ 'ਚ ਪੈਰ ਨਹੀਂ ਘੁੱਸਦਾ, ਕਾਲੀ ਮਿੱਟੀ ਵਾਲੇ 'ਚ ਐ 'ਚ ਹੋ ਜਾਓ ਤੁਸੀਂ ਜਿਹੜੇ ਨਵੇਂ ਹੋ, ਨਵਿਆਂ ਨੂੰ ਉੱਧਰ ਹੀ ਕਰ ਦਿਆ ਕਰੋ ਕਾਲੀ ਮਿੱਟੀ ਵਾਲੇ 'ਚ, ਇੱਧਰ ਰੇਤਾ ਵਾ, ਇਹ ਤਾਂ ਇੰਨਾ ਪੈਰ ਪੜਦਾ, ਸਮਝ ਗਏ, ਥੋੜ੍ਹਾ ਘੱਟ ਲਾ ਲਓ, ਪਰ ਇਹ ਨਾ ਕਹਿ ਲਓ ਵੀ ਰਾਹ 'ਚ ਖੜ੍ਹ ਗਏ, 15 ਲਾ ਲਓ, 10 ਲਾ ਲਓ, ਸਾਹ ਲੈ ਕੇ ਬਹਿ ਜਾਓ ਫਿਰ ਲਾ ਲਓ। ਬਸ ਖਿੱਚ ਕੇ ਹੁਣ ਜੇ ਇਹ ਬਣਾ ਲਾਏ ਫਿਰ ਡਾਂਗ ਫਿਰੂ, ਤੁਰ ਕੇ ਬਾਪੂ ਜੀ, ਕਿੰਨੀ ਗਰੀ ਕਿਹਾ ਵੀ ਤੁਰ ਕੇ ਸਾਹ ਲੈਣਾ, ਫਿਰ ਭੱਜ ਕੇ ਆ ਗਏ ਇਧਰਲੇ ਪਾਸੇ, ਫਿਰ ਖੜੇ ਰਹੋ ਇੱਥੇ। ਹੁਣ ਕਈ ਕਮੈਂਟ ਕਰਕੇ ਬਾਈ ਥੋੜ੍ਹਾ ਜਿਹਾ ਪਿਆਰ ਨਾਲ, ਵੀਰੇ ਪਿਆਰ ਵਾਲਾ ਸ਼ਬਦ ਨਹੀਂ ਹੈਗਾ ਇਹ, ਜਿੰਨਾ ਚਿਰ ਘੂਰਾਂਗੇ ਨਹੀਂ ਜਵਾਕ ਕਿਵੇਂ ਬਣਦੇ ਬਣਨਗੇ, ਕਿਵੇਂ ਜ਼ੋਰ ਲਾਉਣਗੇ ਇਹ। ਹੈਂ ਤੁਸੀਂ ਜੇ ਐਂ ਕਹੋ, ਹਰਜੀਤ ਨਾਲ ਹੁੰਦਾ ਸੀ ਸਿੱਖੇ ਵਾਲਾ, ਮੇਰਾ ਆੜੀ ਸੀ ਬਹੁਤ, ਉਹ ਕੁਛ ਪੇੜਾਂ ਬਹੁਤ ਮਾਰਦਾ ਸੀ ਸਿੱਖੇ ਵਾਲਾ, ਕਈ ਵਾਰ ਸਿੱਖਾ ਹਨੀ ਸੀ ਬਹੁਤ, ਉਹ ਇੰਗਲੈਂਡ ਚਲਾ ਗਿਆ ਭਾਈ, ਦੇ ਲੱਫੜ ਲੈ ਲੱਫੜ, ਡਰਾਈਵਰੀ ਕਹਿੰਦਾ ਵੀ ਕੀ ਆ, ਉਹ ਕਹਿੰਦਾ ਜੀ, ਕਹਿੰਦਾ ਐਂ ਤਾਂ ਮੇਰੇ ਤੋਂ ਬੰਦਾ ਫੜ ਨਹੀਂ ਹੁੰਦਾ ਵੀ ਐਂ ਫੜ ਲਾਂ, ਹੈਂ ਗੇਮ ਹੀ ਇਹੋ ਜਿਹੀ ਟਫਰ, ਥੱਪੜ ਥੱਪੜੀ ਤਾਂ ਹੋਣੀ ਹੋਣੀ ਪੈਣੀ ਨੇ, ਨਾ ਪੜੋ ਵਿੱਚ, ਠੀਕ ਹੈ ਨਾ, ਇਹੀ ਗੱਲ ਆ। ਹੁਣ ਜੇ ਮਾਸਟਰ ਜਵਾਕਾਂ ਨੂੰ ਘੂਰੂਗਾ ਨਹੀਂ ਪੜ੍ਹਨਗੇ ਕਿਵੇਂ, ਠੀਕ ਹੈ ਨਾ, ਮੈਂਤਰ ਵਾਲੀ ਪਾਸੇ ਇਹੋ ਜਿਹੀਆਂ ਚੀਜ਼ਾਂ ਨਾ ਇਹਨਾਂ ਨੂੰ ਕਰੋ, ਡੰਡੇ ਤੋਂ ਬਿਨਾਂ ਕੁਛ ਨਹੀਂ ਹੁੰਦਾ ਹੁੰਦਾ, ਖਾੜਾ ਤਾਂ ਡੰਡਾ ਪਰੇਡ ਕਰਦੇ, ਅਸੀਂ ਤਾਂ ਪਿਆਰ ਨਾਲ ਹੀ ਮੂੰਹ ਨਾਲ ਹੀ ਕਰਦੇ ਹਾਂ, ਠੀਕ ਹੈ ਨਾ, ਆਹ ਫੌਜ ਵਾਲੇ ਦੇਖ ਲਿਓ ਐਡੀ ਡਾਂਗ ਹੁੰਦੀ ਆ ਉਹਨਾਂ ਕੋਲ, ਠੀਕ ਹੈ, ਇਹਨਾਂ ਦਾ ਹੀ ਬਣਦਾ, ਆਪਾਂ ਕਿਹੜਾ ਇਹਨਾਂ ਦੀ ਕਮਾਈ ਖਾਣੀ ਆ, ਜਵਾਕਾਂ ਦੀ ਤਕੜੇ ਹੋਣਗੇ ਵਧੀਆ, ਇੱਥੇ ਆਏ ਆ ਟਾਈਮ ਆਪਦਾ
ਹਾਰਡ ਵਰਕ ਕਰਨ। ਇਹ ਨਹੀਂ ਗੱਲ ਬਈ ਇਹਨਾਂ ਦਾ ਹੀ ਕਰਾਈ ਜਾਣਾ, ਮੈਂ ਫਤਿਹ ਨਾਲ ਜੁੜਿਆ ਹੋਇਆ, ਮੈਂ ਵੀ ਨਾਲ ਜੁੜਿਆ ਹੋਇਆ, ਠੀਕ ਹੈ। ਜਾਂ ਅਸੀਂ ਮੈਂ ਕੁਰਸੀ 'ਤੇ ਬੈਠਾ ਵਾਂ ਵੀ ਇਹਨਾਂ ਤੋਂ ਜ਼ਿਆਦਾ ਕਰਾਈ ਜਾਂਦਾ ਮੈਂ। ਇਹ ਜੀ ਬੇਨਤੀ ਆ ਮਿਹਨਤ ਵਾਲੀ, ਇਹ ਨਾ ਕਰੋ, ਠੀਕ ਆ, ਇਹ ਬੇਨਤੀ ਆ ਤੁਹਾਡੇ ਮੂਹਰੇ, ਇਹਨਾਂ ਬਣ ਲੈਣ ਦੇ ਇਹਨਾਂ ਨੂੰ ਕੁਛ ਰੈਡੀ ਵੀਹ ਦਾ ਟਕਾ ਕੇ। ਫਟ ਕਿੰਨਾ ਪੈਣਾ ਲੋਕਾਂ ਦੇ ਜਵਾਕਾਂ ਦੇ, 15 ਪਕਾ ਕੇ ਹੌਲੀ ਹੌਲੀ ਗੰਜਾ ਹੌਲੀ ਬੂਰ ਨੂੰ ਕੱਢ ਕੇ ਜਾਣਾ ਤੂੰ। ਸਿੱਧਾ ਰੱਖਣਾ ਜਗਾੜ, ਮੂਹਰ ਨੂੰ ਡਿੱਗਣਾ ਇੱਥੇ। ਦੱਸਦਾ ਆਜੋ ਇੱਧਰ ਪਾਸੇ ਆਜੋ ਹੁਣ ਤੁਸੀਂ ਭੱਜ ਕੇ। ਜਵਾਕ ਨੇ ਆਪਣੇ ਠੀਕ ਆ, ਮੈਂ ਤਾਂ ਫਤਿਹ ਵਾਂਗੂ ਸਮਝਦਾ ਸਾਰਿਆਂ ਨੂੰ, ਗਾਲਾਂ ਇਹਦੇ ਵੀ ਉਨੀਆਂ ਪੈਂਦੀਆਂ ਨੇ, ਕਈ ਕਹਿੰਦੇ ਨਾ ਐਂ ਨੀ ਫਲਾਨਾ ਨੀ ਚਮਕਾਂ ਨੀ ਬਰਾਬਰੀ। ਚਣਗੀਆਂ ਦੇ ਖੁਰਪਾਂ 'ਤੇ ਜਵਾਕ ਚੰਡਿਆ ਹੋਇਆ, ਚੰਡ ਕੇ ਰੱਖਣੇ ਅਸੀਂ ਨੀ, ਮਿਣ 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 ਕਰਨੀ, ਖਾਣ ਕੁਛ ਮਰਜ਼ੀ, ਪਹਿਨਣ ਕੁਛ ਮਰਜ਼ੀ, ਐਕਸਰਸਾਈਜ਼ ਦੇ ਟਾਈਮ ਐਕਸਰਸਾਈਜ਼। ਰੈਡੀ ਦੱਸਦਾ ਸਟਾਰਟ, ਖਿੱਚ ਕੇ ਗੋ। ਅੱਧਾ ਭੱਜ ਕੇ ਅੱਧਾ ਤੁਰ ਕੇ ਪੁੱਤ, ਗੁੱਡ ਗੁੱਡ। ਚਲੋ ਵੀ ਥੱਲੇ ਦੱਸਦਾ ਆ ਕੇ। ਹਾਂ 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 ਟਾਇਰ ਪਾ ਲਓ, ਭੱਜੋ ਭੱਜੋ ਭੱਜੋ, ਟਾਇਰ ਰੈਕਟ ਪਾ ਲਓ, ਜਿੰਨੇ ਹੈਗੇ ਉਨੇ ਪਾ ਲਓ, ਬਾਕੀ ਆ ਜਾਓ ਇੱਧਰ, ਬਾਕੀ ਗਰਾਊਂਡ ਬਣਾ ਲਈਏ, ਸਾਰੇ ਮੁੜਿਆ ਹੁਣ ਸਾਰੇ ਆ ਜਾਓ ਹੈ ਨਾ। ਟਾਇਰ ਕਿਉਂ ਪਾਉਣ ਦੇ ਲੱਗੋ, ਕਿਤੇ ਟਾਇਰ ਲੈ ਕੇ ਤੁਰ ਪੈਣਗੇ ਯਾਰ, ਜਾਓ ਤੁਸੀਂ
ਲੈਂਚ ਇਹਨਾਂ ਤੋਂ ਫੜ ਲਓ ਜੋ ਪਹਿਲਾਂ ਤੋਂ ਫੜ ਲਓ ਟਰੱਕ ਯਾਰ ਇਹਨਾਂ ਤੋਂ ਫੜ ਲਓ ਟਾਇਰ ਜਿਹੜੇ ਪਹਿਲਾਂ ਲਾਉਂਦੇ ਆ ਲੈਂਚ ਹੋ ਕੇ ਹੋ ਜਾਓ ਸ਼ਹੀਦ ਫੌਜੀ ਵਾਲਾ ਕੰਮ ਨਹੀਂ ਕਰਦੇ ਚਲੋ ਅੱਧਾ ਗੇੜਾ ਖਿੱਚ ਕੇ ਸਪਰਿੰਟ ਇਕੱਠੇ ਪਿੱਤਰਾਂ ਵੱਧੋ ਇੱਕ ਦੂਜੇ ਦੇ ਤੁਸੀਂ ਪਰਲੇ ਪਾਸੇ ਹੋ ਜਾਓ ਜਾਂ ਉੱਧਰ ਸੁਭਾਗ ਰਹਿਣ ਤੋਂ ਜਾਓ ਉੱਧਰ ਲੈ ਦੋ ਖੜੇ ਚੱਲ ਚੱਲ ਉਹਨਾਂ ਤੋਂ ਲੈ ਲਾ ਟਰੋ ਉਹ ਤੋਂ ਫੜ ਲਾ ਤੂੰ ਉਹ ਪਰ ਲਿਆ ਉਹਨੂੰ ਮੇਰੇ ਤੱਕ ਹੀ ਲਾਉਣੀ ਆ ਖਿੱਚ ਕੇ ਰੈਡੀ ਗੋ ਖਿੱਚ ਕੇ ਪੁੱਤ ਬਣ ਕੇ ਹਾਂ ਗੁੱਡ ਲਓ ਲਓ ਪੁਜੀਸ਼ਨ ਲਾ ਲਓ ਡੰਡ ਲਾ ਲਓ ਤੁਸੀਂ ਪੁੱਤ ਜੋ ਦਿਨ ਉਹ ਲਾਈਨ 'ਚ ਰੱਖ ਰਾਹ 'ਚ ਹੀ ਖੜ ਜਾਂਦੇ ਇਹ ਹੈਂ ਕੰਨ ਦੇ ਛੱਟੀ 'ਚ ਨਹੀਂ ਲੋਟ ਆਉਂਦੇ ਉਰੇ ਨੂੰ ਹੋ ਜਾਓ ਭੋਰਾ ਤੁਸੀਂ ਯਾਰ ਉਹ ਕਿੱਥੇ ਲਾਉਣਗੇ ਸਪਰਿੰਟ ਹੋ ਜਾਓ ਉਰੇ ਨੂੰ ਭੋਰਾ ਹੋਰ ਆਪ ਹੀ ਦੇਖ ਲਿਆ ਕਰੋ ਇਹ ਚੀਜ਼ ਹੈ ਆਪਾਂ ਨਵਾਂ ਤਾਂ ਕਰਦੇ ਨਹੀਂ ਨਿੱਤ ਵੀ ਆਪਾਂ ਨਵਾਂ ਕਰਦੇ ਹਾਂ ਰੋਜ਼ ਹਾਂ ਉਹਨਾਂ ਨੂੰ ਵੀ ਜਗ੍ਹਾ ਦੇਣੀ ਹੈ ਤੁਸੀਂ ਬਸ ਗੋ ਕੰਨ ਖੁੱਲ੍ਹੇ ਅੱਖਾਂ ਮੇਰੇ ਵੱਲ ਗੋ ਖਿੱਚ ਕੇ ਗੋ ਖਿੱਚ ਕੇ ਗੁੱਡ ਬਸ ਅੱਧ ਤੱਕ ਹੀ ਜ਼ੋਰ ਮਾਰਨਾ ਅੱਧ ਤੋਂ ਬਾਅਦ ਹੌਲੀ ਖੜ੍ਹ ਜਾਣਾ ਐਵੇਂ ਨਹੀਂ ਉੱਤੋਂ ਗਾਹਾਂ ਤੱਕ ਗਿਣਤੀ ਪੂਰੀ ਮੀਟਰ ਦਾ 5 ਬਹੁਤ ਆ ਜੇ ਖਿੱਚ ਕੇ ਲਾਤੀ ਗੋ ਖਿੱਚ ਕੇ ਬਾਬਾ ਗੁੱਡ ਲੈ ਲਾ ਵੀ ਟਾਇਰ ਲੈ ਲਾ ਸੁਭਾਗੀ ਲੈ ਲਓ ਕੋਈ ਹੋਰ ਲਿਆ ਮੈਂ ਕੋਈ ਨਾ 2-4 ਟਾਇਰ ਹੈ ਤਾਂ ਸਾਡੇ ਕੋਲ ਬਹੁਤ ਪਰ ਹੁਣ ਮਹਾਰਾਜ ਦੀ ਕਿਰਪਾ ਨਾਲ ਹੁਣ ਦੇਖਦਾ ਮੈਂ ਕਿਹੜਾ ਪਿੱਛੇ ਰਹੂ ਤੁਹਾਡੇ ਚੋਂ ਠੋਲੂ ਵਾਲੇ ਮੂਹਰੇ ਕਰ ਦੇ ਥੋੜ੍ਹਾ ਜਿਹਾ ਹੋਰ ਹੋ ਜਾ ਮੂਹਰੇ ਰੈਡੀ ਗੋ ਰਾਸਦਾਨ ਘੱਟ ਜ਼ੋਰ ਮਾਰ ਪੁੱਤ ਗੋਡਾ ਤੇਰਾ ਖਰਾਬ ਆ ਫਿਰ ਉਹੀ ਕੰਮ ਹੋਜੂ ਫਿਰ ਨਹੀਂ ਹਟਦਾ ਤੂੰ ਇਹ ਚੀਜ਼ਾਂ ਕਰਨ ਨੂੰ ਮੇਰੇ ਤੱਕ ਹੀ ਲਾਉਣੀ ਆ ਗੋ ਖਿੱਚ ਕੇ ਵੈਰੀ ਗੁੱਡ ਸੋਲਰ ਦਾ ਕੰਮ ਕਰਨ ਲੱਗਿਆ ਉਹਨਾਂ ਨਾਲ ਵੀ ਦੋ ਗੱਲਾਂ ਕਰਦੇ ਹਾਂ ਹਾਂਜੀ ਮਿਸਤਰੀ ਸਾਹਿਬ
ਆ ਮੇਰੀ ਆ ਜੀ ਮੈਂ ਰੇ ਹੈਲੋ ਕਰੋ ਹੈਲੋ ਤੂੰ ਪੈ ਜਾ ਕਰ ਦੁੱਪੜੇ ਹੋਰ ਜੀ ਮਿਸਤਰੀ ਸਾਹਿਬ ਕਿਹੜਾ ਪਿੰਡ ਆ ਜੀ ਫਰਵਾਲੀ ਪਿੰਡ ਆ ਬਾਈ ਫਰਵਾਲੀ ਕਿਹੜਾ ਲਾਇਆ ਜੀ ਸੋਲਰ ਲੋਮੀਨਸ ਕੰਪਨੀ ਦਾ ਜੀ ਲੋਮੀਨਸ ਦਾ ਠੀਕ ਆ ਜੀ ਕਿੰਨਾ 5 ਕਿਲੋ ਵਾਟ ਜੀ 5 ਕਿਲੋ ਵਾਟ ਏਸੀ ਚਲਾਈ ਜਾਓ ਦੋ ਹਾਂਜੀ ਹਾਂਜੀ ਇਹਨਾਂ ਮਹਿਕਮੇ ਨੂੰ ਬਣਾ ਕੇ ਦੇਣੀ ਆ ਬਿਜਲੀ ਆਹਾਂ ਆਪਣਾ ਮੀਟਰ ਫ੍ਰੀ ਕਰ ਦੂ ਜਾਣੀ ਠੀਕ ਆ ਠੀਕ ਆ ਚਲੋ ਠੀਕ ਆ ਇੱਕ ਚੱਲ ਕਦੋਂ ਚਾਲੂ ਹੋ ਜੂ ਜੀ ਮਹਿਕਮੇ ਅੱਜ ਤੋਂ ਬਾਅਦ ਕੱਲਾ ਮਹਿਕਮੇ ਦਾ ਕੰਮ ਰਹਿ ਜਾਣਾ ਫਾਈਲ ਜਮ੍ਹਾਂ ਕਰਾ ਜਾਂਦੀ ਉੱਥੇ ਜੀ ਠੀਕ ਆ ਜੀ ਹੱਦ 15 ਦੇ ਵਿੱਚ ਇਹ ਤੇ ਆਪਾਂ ਨੂੰ ਉਹ ਮਿਲੂਗੀ ਦੂਜੀ ਸਬਸਿਡੀ ਨਹੀਂ ਇਹ ਤੇ ਸਬਸਿਡੀ ਨਹੀਂ ਜੀ ਹਾਂ ਇਹ ਘਰੇਲੂ ਤੇ ਮਿਲ ਜੁਦੀ ਹੈ ਜੀ ਨਾਲੇ ਤਾਂ ਯਾਰ ਕਹਿੰਦੇ ਆ ਵੀ ਸਬਸਿਡੀ ਹੁੰਦੀ ਆ ਸਬਸਿਡੀ ਵਾਲੇ ਪ੍ਰੋਜੈਕਟ ਥੋੜੇ ਕੋਸਟਲੀ ਹੁੰਦੇ ਜੀ ਹੈ ਉਹ ਕੋਸਟਲੀ ਹੁੰਦੇ ਪ੍ਰੋਜੈਕਟ ਇਹ ਤੇ ਕੋਈ ਸਬਸਿਡੀ ਨਹੀਂ ਇਹ ਤੇ ਨਹੀਂ ਪਹਿਲਾਂ ਯਾਰ ਕਹਿੰਦੇ ਸਬਸਿਡੀ ਹੈਗੀ ਆ ਹੈ ਭੂਣੇ ਜਵਾਨੀ ਫਸ ਗਈ ਕੋਈ ਨਾ ਕੱਢਾਂਗੇ ਚਲੋ ਬਈ ਚਲੋ ਪੁੱਤ ਬਣ ਕੇ ਚਲੋ ਕੋਈ ਨਾ ਮਹਾਰਾਜ ਕਿਰਪਾ ਕਰਨਗੇ ਆਪੇ ਗੱਫਾ ਦੇ ਦੇਣਗੇ ਕੋਈ ਇਹ ਮੈਸੇਜ ਆਪਾਂ ਅੱਗੇ ਵੀ ਚਾਨਣਾ ਪਾਇਆ ਸੀ ਅਤੇ ਅਸੀਂ ਲੈਣਾ 575 ਜੋ ਕਿ ਬੱਟਾ ਛੱਟੇ ਵਾਲਾ ਵੀ ਹੈਗਾ ਉਹ ਵੀ ਹੋਜੂ ਅਤੇ ਦੇਖ ਲਿਓ ਕਰ ਲਿਓ ਸਾਰਾ A2Z ਕੰਮ ਇੰਜਣ ਦਾ ਲੈਫਟ ਦਾ A2Z ਕੰਮ ਹੋਇਆ ਹੋਇਆ ਇਹਦਾ ਠੀਕ ਆ ਰੁਪਈਆ ਤਾਂ ਸਾਡਾ 3.5-4 ਲੱਖ ਹੀ ਲੱਗਿਆ ਹੋਇਆ ਸਮਝ ਲਓ ਵੀ ਆਹ ਆਪਣਾ ਸਾਨ ਹਾਂਜੀ ਇਹਦਾ ਹਜੇ ਕੰਮ ਰਹਿੰਦਾ ਥੋੜ੍ਹਾ ਜਿਹਾ ਉਹ ਕਰਾਂਗੇ ਆਪਾਂ ਹੈ ਨਾ ਆਹ ਸਾਡਾ ਇੱਧਰ ਆ ਓਏ ਬੱਚਾ ਪਾਲਟੀ ਹਾਂ ਕਿਹੜਾ ਪਿੰਡ ਆ ਇਹ ਸੁਪਰ ਪਲੇਅਰ ਆ ਜੀ ਸੁਪਰ ਸਟਾਰ ਸਾਡਾ ਅਕੈਡਮੀ ਦਾ ਚਲੋ ਵੀ ਚਲੋ ਗੁੱਡ ਗੁੱਡ ਲਾਓ ਪੁੱਤ